सब्सक्राइब करो NC7 न्यूज नू ते लेटेस्ट अपडेट पाने लिए प्रेस करो बेल आइकन। ਵੱਡੀ ਅਤੇ ਅਹਿਮ ਖਬਰ ਨੇ ਦਸਤਕ ਦਿੱਤੀ ਹੈ ਫਿਰੋਜ਼ਪੁਰ ਤੋਂ ਜਿੱਥੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਦੇ ਵਿੱਚੋਂ 2 ਕਰੋਨਾ ਪੋਜ਼ਿਟਿਵ ਮਰੀਜ਼ਾਂ ਦੇ ਭੱਜਣ ਦਾ ਮਾਮਲਾ ਸਾਹਮਣੇ ਆਇਆ ਹੈ ਕਰੋਨਾ ਪੀੜਿਤ ਕੈਦੀ ਮੁਲਜ਼ਮ ਸਨ ਕਰੋਨਾ ਟੈਸਟ ਪੋਜ਼ਿਟਿਵ ਆਉਣ ਤੇ ਬਾਅਦ ਇਹਨਾਂ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ 'ਚ ਦਾਖਲ ਕਰਾਇਆ ਗਿਆ ਸੀ ਇੱਕ ਕੈਦੀ ਤਰਨਤਾਰਨ ਅਤੇ ਦੂਜਾ ਕੈਦੀ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਪੁਲਿਸ ਇਹਨਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ ਇਹ ਦੋਵੇਂ ਕੈਦੀ ਕਰੋਨਾ ਪੀੜਿਤ ਹੋਣ ਦੇ ਕਾਰਨ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਇਸ ਵਾਇਰਸ ਦਾ ਸ਼ਿਕਾਰ ਬਣਾ ਸਕਦੇ ਨੇ ਉਹ ਅੰਡਰ ਟ੍ਰਾਇਲ ਜਿਹੜੇ ਆ ਪ੍ਰਿਜ਼ਨਰ ਦਾਖਲ ਹੁੰਦੇ ਆ ਦੋ ਦਾਖਲ ਸੀਗੇ ਟਿੰਕੂ ਅਤੇ ਬਚਿੱਤਰ ਸਿੰਘ ਇੱਧਰ ਸਾਡੇ ਸਰਜੀਕਲ ਆਈਸੋਲੇਸ਼ਨ ਵਾਰਡ 'ਚ ਅਤੇ ਉਹ ਰਾਤ ਤੱਕ ਤਾਂ ਜਦੋਂ ਸਾਡੇ ਸਟਾਫ ਮੈਂਬਰ ਜਦੋਂ ਵੀ ਜਾਂਦੇ ਪੀਪੀ ਕਿੱਟ ਪਾ ਕੇ ਜਾਂ ਜੇ ਗਾਰਡ ਵਾਲੇ ਬੰਦੇ ਵੀ ਜਾਂਦੇ ਆ ਪੀਪੀ ਕਿੱਟ ਪਾ ਕੇ ਜਾਂਦੇ ਆ ਕਿਉਂਕਿ ਉਹ ਏਰੀਆ ਕਰੋਨਾ ਵਾਲਾ ਹੈ ਠੀਕ ਹੈ ਅਤੇ ਤਾਂ ਕਿ ਉਹਨਾਂ ਨੂੰ ਵੀ ਨਾ ਹੋਵੇ ਸਾਰੀ ਪ੍ਰੀਕੋਸ਼ਨ ਲੈ ਕੇ ਜਾਂਦੇ ਆ ਅਤੇ ਉਹਨਾਂ ਨੇ ਰਾਤੀ ਵੀ ਉਹਨਾਂ ਨੂੰ ਚੈੱਕਅਪ ਕੀਤਾ ਅਤੇ ਕੀਤਾ ਤਾਂ ਫਿਰ ਲੇਟ ਨਾਈਟ ਮਤਲਬ ਇਹ ਹੋਇਆ ਵਾਕਿਆ ਵਾਪਰਿਆ ਦੇਖੋ ਜਿਹੜੀ ਗਾਰਡ ਹੈ ਉਹਨਾਂ ਨੇ ਵੀ ਪੂਰਾ ਵੈਸੇ ਤਾਂ ਧਿਆਨ ਦਿੱਤਾ ਪਰ ਕਈ ਵਾਰ ਕੋਈ ਅਣਵਿਹਲੀ ਹੋ ਜਾਂਦੀ ਹੈ ਤਾਂ ਉਹ ਦੇਖੋ ਹੋ ਜਾਂਦਾ ਆਈਸੋਲੇਸ਼ਨ 'ਚ ਇੱਕ ਦੀ ਤਾਂ ਡੇਟ ਆਫ ਦੋਨਾਂ ਦੀ ਹੈਗੀ 17 ਤਰੀਕ ਹੀ ਐਡਮਿਸ਼ਨ ਡੇਟ ਹੈ ਦੋਨਾਂ ਦੀ 17 ਅਗਸਤ ਹੀ ਹੈਗੀ ਹੈ ਅਤੇ 17 ਤੋਂ ਸਾਡੇ ਕੋਲ ਦਾਖਲ ਸੀਗੇ ਇਸ ਤਰ੍ਹਾਂ ਹੈਗਾ ਜਦੋਂ ਇੱਥੇ ਕੋਈ ਅੰਦਰ ਪੇਸ਼ੈਂਟ ਭੇਜਦੇ ਉਹਦੇ ਨਾਲ ਕਿਸੇ ਬਾਹਰਲੇ ਨੂੰ ਜਾਣ ਦਿੰਦੇ ਬਾਹਰਲੇ ਨੂੰ ਜੀ ਨਾ ਨਾ ਪੇਸ਼ੈਂਟ ਨੂੰ ਉੱਥੇ ਖਿਲਾਰ ਕੇ ਅੰਦਰੋਂ ਸਟਾਫ ਆਉਂਦਾ ਉਹ ਫਿਰ ਲੈ ਕੇ ਜਾਂਦੇ ਉੱਪਰ ਔਰ ਅਗਰ ਕੋਈ ਕੈਦੀ ਆਉਂਦਾ ਜਾਂ ਕੋਈ ਉਹ ਪੁਲਿਸ ਅੰਦਰ ਅੰਦਰ ਜਾਂਦੀ ਹੈ ਜਾਂ ਪੁਲਿਸ ਨੂੰ ਇੱਥੋਂ ਹੀ ਵਾਪਸ ਕਰ ਦਿੱਤਾ ਜਾਂਦਾ ਪੁਲਿਸ ਨੂੰ ਜੀ ਇੱਥੇ ਕਹਿੰਦੇ ਆ ਵੀ ਤੁਸੀਂ ਧਿਆਨ ਰੱਖਣਾ ਵੀ ਅੰਦਰ ਨਹੀਂ ਜਾਣਾ ਕਿਸੇ ਨੇ ਕਿੱਟ ਪਾਈ ਤੋਂ ਬਗੈਰ ਅਤੇ ਉਹ ਫਿਰ ਅਸੀਂ ਆਪਦੀ ਨਿਗਰਾਨੀ ਫਿਰ ਦੋਵਾਂ ਸਾਈਡਾਂ 'ਤੇ ਕਰਦੇ ਹਾਂ ਅਤੇ ਜਿਹੜੇ ਦੋ ਕੈਦੀ ਭੱਜੇ ਆ ਉਸ ਬਾਰੇ ਤੁਹਾਡਾ ਨਹੀਂ ਉਹ ਸਾਨੂੰ ਨਹੀਂ ਪਤਾ ਜੀ ਉਹ ਦੂਜੇ ਪਾਸੇ ਉਹ ਥਾਣੇ ਵਾਲਿਆਂ ਦੇ ਸੀਗੇ ਉਹ ਦੂਸਰੇ ਬਿਲਡਿੰਗ 'ਚ ਹੋਇਆ ਦੱਸ ਦਈਏ ਕਿ ਪਹਿਲਾਂ ਵੀ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ ਦੇ ਵਿੱਚ ਇਲਾਜ ਅਧੀਨ ਕੋਰੋਨਾ ਵਾਇਰਸ ਦਾ ਸ਼ੱਕੀ ਕੈਦੀ ਗਾਰਡ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ ਉਕਤ ਕੈਦੀ ਤਰਨਤਾਰਨ ਜ਼ਿਲ੍ਹੇ ਨਾਲ ਸੰਬੰਧਿਤ ਬਚਿੱਤਰ ਸਿੰਘ ਸੀ ਅਤੇ ਉਹ ਕਿਸੇ ਮਾਮਲੇ ਨੂੰ ਲੈ ਕੇ ਸ੍ਰੀ ਮੁਕਤਸਰ ਸਾਹਿਬ ਦੀ ਜੇਲ੍ਹ ਦੇ ਵਿੱਚ ਬੰਦ ਸੀ